20 साल बाद बटाला नगर काउंसिल को नगर निगम का दर्जा मिल गया इस काम में सांसद सुनील जाखड़ ने पूरा क्रेडिट लिया पंद्रह दिन पहले प्रदेश के मुख्यमंत्री कैप्टन अमरिंदर सिंह से विशेष तौर पर मुलाकात की और उन्हें भरोसे लिया इसके बाद चंडीगढ़ में मंत्रिमंडल की बैठक में बटाला को नगर निगम का दर्जा मिल गया उधर प्रदेश की कांग्रेस सरकार के इस फैसले का स्थानीय पार्टी नेताओं ने स्वागत किया है वही शहरवासियों ने कहा है की अब शहर का पूर्ण रूप से विकास होगा लोगों ने खुशी में लड्डू बांटे और एक दूसरे का मुंह मीठा करवाकर खुशी जाहिर की फिलहाल इसके फैसले का नोटिफिकेशन होना बाकी है उल्लेखनीय को नगर निगम का दर्जा दिलाने के लिए हर राजनीतिक पार्टी ने चुनावों में अपना मैनिफेस्टो डाला लेकिन इसको आज तक किसी ने मंजूरी नहीं दिलाई थी तो गुरु नानक देव जी पाँच शताब्दी दिवस मनाया जा रहा है ਔਰ ਜਿਹੜਾ ਪੂਰਾ ਸਾਲ ਬਨਾਇਆ ਜਾਣਾ ਮਾਨ ਜੋ ਕੈਪਟਨ ਰਮਿੰਦਰ ਸਿੰਘ ਜੀ ਨੇ ਬਹੁਤ ਵੱਡਾ ਤੋਹਫਾ ਉਹਨਾਂ ਦੀ ਸਰਕਾਰ ਨੇ ਦਿੱਤਾ ਬਟਾਲੇ ਨੂੰ ਅੱਜ ਬਟਾਲੇ ਦੀ ਸਟੇਟਸ ਜਿਹੜਾ ਵਾ ਮਿਸਲ ਕਾਉਂਸਲ ਤੋਂ ਵਧਾ ਕੇ ਕਾਰਪੋਰੇਸ਼ਨ ਦਾ ਬਣਾ ਦਿੱਤਾ ਗਿਆ ਕੈਬਨਟ ਚ ਪਾਸ ਕਰ ਦਿੱਤਾ ਗਿਆ ਇੱਕ ਬਹੁਤ ਵੱਡਾ ਉਪਰਾਲਾ ਬਟਾਲੇ ਦੀ ਤਰੱਕੀ ਚ ਹੋਣ ਜਾ ਰਿਹਾ ਹੈ ਮੈਂ ਜਦੋਂ ਚੋਣਾਂ ਲੜਿਆ ਸੀ 2017 ਚ ਮੈਂ ਆਪਣੇ ਮੈਨੀਫੈਸਟੋ ਚ ਲਿਖਿਆ ਸੀਗਾ ਕਿ ਕਾਂਗਰਸ ਸਰਕਾਰ ਆਏਗੀ ਤੇ ਅਸੀਂ ਬਟਾਲੇ ਨੂੰ ਕਾਰਪੋਰੇਸ਼ਨ ਬਣਾਵਾਂਗੇ ਔਰ ਕੈਪਟਨ ਸਾਹਿਬ ਨੂੰ ਕਈ ਵਾਰੀ ਮਿਲ ਕੇ ਆਪਾਂ ਰਿਕੁਐਸਟ ਕੀਤੀ ਸੀ ਅੱਜ ਉਹਨਾਂ ਨੇ ਸਾਡੀ ਇਹ ਗੱਲ ਜਿਹੜੀ ਮੰਨੀ ਹੈ ਔਰ ਉਹਨਾਂ ਨੇ ਕਰਵਾ ਦਿੱਤਾ ਹੈ ਔਰ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸ਼ਹਿਰ ਨੂੰ ਜਿੱਥੇ ਉਹਨਾਂ ਦੀ ਸ਼ਾਦੀ ਹੋਈ માતા ਸੁਲਖਣੀ ਜੀ ਦੇ ਨਾਲ ਉਹਨੂੰ ਉਹਨਾਂ ਨੇ ਕਾਰਪੋਰੇਸ਼ਨ ਬਣਾਇਆ ਬਟਾਲੇ ਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅੰਮ੍ਰਿਤ ਸਕੀਮ ਜਿਹੜੀ ਕਿ ਮੈਂ ਪਾਸ ਕਰਵਾਈ ਸੀਗੀ ਪਿਛਲੀ ਸਰਕਾਰ ਵੱਲੇ ਕੈਪਟਨ ਸਾਹਿਬ ਨੇ ਗ੍ਰਾਂਟ ਦੇ ਕੇ 180.41 ਕਰੋੜ ਦੇ ਟੈਂਡਰ ਮਹਾਰਾਜ ਕੈਪਟਨ ਵਿੰਦਰ ਸਿੰਘ ਜਿਹਨੇ ਲਵਾ ਦਿੱਤੇ ਨੇ ਬਟਾਲੇ ਦਾ ਸਾਰਾ ਸੀਵਰ, ਵਾਟਰ ਸਪਲਾਈ ਔਰ ਸੜਕਾਂ ਗਲੀਆਂ ਨਾਲੀਆਂ ਬਣਾਉਣ ਦੇ ਟੈਂਡਰ ਜਿਹੜੇ ਆ ਉਹ ਸਟੇਟ ਲੈਵਲ ਤੇ ਲੱਗੇ ਨੇ। ਉਹ ਵੱਖਰੇ ਲੱਗੇ ਨੇ। ਗੁਰੂ ਨਾਨਕ ਦੇਵ ਜੀ ਦੀ ਜਿਹੜੀ 550 ਪੰਜਾਬੀ ਜਿਹੜੀ ਸਤਾਪਦੀ ਹੈ, ਉਹਦੇ ਪੈਸੇ ਵੀ ਇਹ ਸਰਕਾਰ ਨੇ ਬਟਾਲੇ 'ਚ ਲਵਾਣੇ ਨੇ। ਔਰ ਵੈਸੇ ਵੀ ਕਾਰਪੋਰੇਸ਼ਨ ਨੂੰ ਗ੍ਰਾਂਟਸ ਜ਼ਿਆਦਾ ਆਉਂਦੀਆਂ। ਬਟਾਲੇ ਦਾ ਕਾਇਆਕਲਪ ਹੋਣ ਵਾਲਾ, ਬਟਾਲੇ ਦੀ ਤਰੱਕੀ ਹੋਣ ਵਾਲੀ ਆਉਣ ਵਾਲੇ ਸਮੇਂ 'ਚ ਬਟਾਲਾ ਇੱਕ ਮਾਡਲ ਸਿਟੀ ਬਣੇਗਾ। ਦੇਖੋ ਸਭ ਤੋਂ ਪਹਿਲਾਂ ਤੇ ਜਿਹੜੇ ਐਡਮਿਨਿਸਟ੍ਰੇਟਿਵ ਕੰਟਰੋਲਸ ਨੇ ਇਹ ਕਾਰਪੋਰੇਸ਼ਨ ਜਿਹੜੀ ਹੈ ਆਟੋਨਮਸ ਬਾਡੀ ਹੁੰਦੀ ਹੈ ਇਹ ਜਿਸ ਤਰ੍ਹਾਂ ਕੌਂਸਲ ਦੇ ਜਿੰਨੇ ਵੀ ਮਤੇ ਸੀ ਉਹ ਚੰਡੀਗੜ੍ਹੋਂ ਜਾ ਕੇ ਪਾਸ ਕਰਾਣੇ ਪੈਂਦੇ ਸੀਗੇ ਸਰਕਾਰ ਦੇ ਅਫਸਰਾਂ ਕੋਲ ਜਿਹੜੀ ਨਗਰ ਕੌਂਸਲ ਹੈ ਸਾਡਾ ਮੇਅਰ ਜਿਹੜਾ ਹੋਏਗਾ ਜਿਹੜੀ ਸਾਡੀ ਨਗਰ ਕੌਂਸਲ ਦੇ ਕਾਰਪੋਰਟਰਸ ਹੋਣਗੇ ਉਹ ਜਿਹੜੇ ਫੈਸਲੇ ਕਰਨਗੇ ਉਹ ਇੱਥੇ ਹੀ ਲਾਗੂ ਹੋਣਗੇ ਇੱਥੇ ਕਮਿਸ਼ਨਰ ਲੱਗੇਗਾ ਆਈਐਸ ਅਫਸਰ ਕਮਿਸ਼ਨਰ ਹੁੰਦੇ ਨੇ ਔਰ ਇਹ ਪਹਿਲੇ ਹੋਣਗੇ ਬਟਾਲੇ ਦੀ ਤਰੱਕੀ ਦੇ ਫੈਸਲੇ ਬਟਾਲੇ ਜੀ ਕੀਤੇ ਜਾਣਗੇ ਇਹ ਬੜਾ ਵੈਲਕਮ ਸਟੈਪ ਹੈ ਪਰ ਡਿਲੇਡ ਸਟੈਪ ਹੈ ਇਹ ਸਾਡੇ ਤੋਂ ਪਹਿਲੇ ਪਠਾਨਕੋਟ ਕਾਰਪੋਰੇਸ਼ਨ ਬਣੀ ਸਾਡੇ ਤੋਂ ਛੋਟਾ ਸ਼ਹਿਰ ਹੈ ਕਟਬਾਦੀ ਹੈ ਉੱਥੇ ਇਨਫਰਾਸਟ੍ਰਕਚਰ ਦੀ ਉੱਥੇ ਜਿੰਨੀ ਜਰੂਰਤ ਸੀ ਉਹਦੀ ਉਸ ਨੂੰ ਵੱਧ ਉੱਥੇ ਦੇ ਦਿੱਤਾ ਗਿਆ ਸਾਡਾ ਸ਼ਹਿਰ ਜਿਹੜਾ 550 ਸਾਲ ਤੋਂ ਪੁਰਾਣਾ ਸ਼ਹਿਰ ਇਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੈ ਕਈ ਕਈ ਸਾਲਾਂ ਤੋਂ ਪੈਂਡਿੰਗ ਚੱਲਦੀਆਂ ਪਈਆਂ ਔਰ ਪਿਛਲੇ 15 ਸਾਲਾਂ ਦੇ ਵਿੱਚ ਇੰਨੀ ਡਿਟੇਰੇਸ਼ਨ ਆਈ ਹੈ ਇਰ ਚ ਕਿ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਜਾਂ ਜਿਹੜਾ ਸਾਡਾ ਮਿਸੀਪਲ ਕਾਰਪੋਰੇਸ਼ਨ ਜਿਹੜਾ ਇਸ ਇਲਾਕੇ ਨੂੰ ਦੇਖਭਾਲ ਕਰਨ ਵਾਸਤੇ ਜਿਹੜੀ ਜ਼ਿੰਮੇਵਾਰੀ ਹੈ ਉਹ ਟੋਟਲ ਉੱਥੇ ਦਾ ਸਿਸਟਮ ਕੋਲਾਪਸ ਕਰ ਗਿਆ ਔਰ ਉਹਦੇ ਕਰਕੇ ਅਸੀਂ ਇੱਕ ਬਸਤੀ ਬਨ ਕੇ ਰਹਿ ਗਏ ਜਦ ਕਿ ਵਿਰਾਸਤ ਜਿਹੜੀ ਸਾਡੀ ਜਿਹੜੀ ਹੈ ਇੰਨੀ ਪੁਰਾਣੀ ਹੈ ਜਿਹਨੂੰ ਸਾਨੂੰ ਵਿਰਾਸਤ ਨੂੰ ਵੀ ਮੇਨਟੇਨ ਕਰਨਾ ਚਾਹੀਦਾ ਪੈਸਾ ਤੇ ਲੱਗਣਾ ਚਾਹੀਦਾ ਸੀ ਫਰਦਰ ਡਿਵੈਲਪਮੈਂਟ ਵਾਸਤੇ ਕਿ ਅਸੀਂ ਆਪਣੀ ਵਿਰਾਸਤ ਨੂੰ ਵੀ ਸੰਭਾਲੀਏ ਤੇ ਨਵਾਂ ਜਿਸ ਤਰ੍ਹਾਂ ਦੁਨੀਆ 'ਚ ਇੰਨੀ ਜ਼ਿਆਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਡਿਵੈਲਪਮੈਂਟਸ ਹੋ ਰਹੀਆਂ ਅਸੀਂ ਆਪਣੇ ਇਲਾਕੇ ਨੂੰ ਆਪਣੇ ਸ਼ਹਿਰ ਨੂੰ ਵੀ ਉਸ ਲਾਈਨ ਦੇ ਉੱਤੇ ਡਿਵੈਲਪ ਕਰਨ ਦੀ ਸੋਚ ਰੱਖਦੇ ਹੋਏ ਕੰਮ ਕਰਦੇ ਪਰ ਮੈਨੂੰ ਬੜਾ ਅਫਸੋਸ ਹੈ ਕਹਿੰਦੇ ਹੋਇਆ ਕਿ ਸਾਡੀ ਇੱਥੇ ਦੀ ਲੀਡਰਸ਼ਿਪ ਸਾਡੀ ਪੁਰਾਣੀ ਜਿਹੜੀ ਲੀਡਰਸ਼ਿਪ ਹੈ ਜਿਹੜੇ ਵਿਜ਼ਨ ਦੀ ਕਮੀ ਹੈ ਔਰ ਜਿਹੜੀ ਕਰਪਸ਼ਨ ਜਿਹੜੀ ਕਾਰ ਕਰ ਗਈ ਹੈ ਇਸ ਇਲਾਕੇ ਦੇ ਪੋਲੀਟਿਸ਼ੀਅਨਸ ਦੇ ਵਿੱਚ ਅਫਸਰਸ ਦੇ ਵਿੱਚ ਉਹ ਜਿਹੜੀ ਚੀਜ਼ ਹੈ ਉਸਨੇ ਸਾਡਾ ਜਿਹੜਾ ਸਾਰਾ ਸਿਸਟਮ ਜਿਹੜਾ ਹੈ ਕੋਲਾਪਸ ਕਰ ਦਿੱਤਾ ਹੈ ਔਰ ਮੈਂ ਇਹ ਆਉਣ ਵਾਲੇ ਟਾਈਮ ਚ ਮੈਨੂੰ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਵੱਜੋਂ ਮੈਨੂੰ ਸੁਖਪੀਰ ਬਾਦਲ ਜੀ ਨੇ ਮੈਨੂੰ ਆਪਣਾ ਇੱਥੇ ਇਸ ਇਲਾਕੇ ਦੀ ਨੁਮਾਇੰਦਗੀ ਦਿੱਤੀ ਹੈ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹਾਂ ਇਸ ਇਲਾਕੇ 'ਚ ਮੇਰੀ 3rd ਜਨਰੇਸ਼ਨ ਬੱਚੇ ਮੇਰੇ ਇੱਥੇ ਰਹਿ ਰਹੇ ਨੇ ਮੇਰੇ ਨਾਲ ਅਸੀਂ ਤੀਜੀ ਜਨਰੇਸ਼ਨ ਇੱਥੇ ਰਹਿ ਰਹੇ ਹਾਂ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਜੋ ਮੈਂ ਬੋਲ ਰਿਹਾ ਮੈਂ ਉਸ ਚੀਜ਼ ਨੂੰ ਉਸਤੇ ਉੱਤੇ ਪੈਰਾ ਦਵਾਂਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਸ ਸ਼ਹਿਰ ਨੂੰ ਵਾਰ ਬਦਲਣ ਲੱਗੇ ਬਦਲਣ ਵਾਸਤੇ ਜਿੰਨਾ ਜ਼ੋਰ ਉਸੇ ਅਲਾਵਾ ਚਾਹੇ ਹੀ ਅਜਾ ਆਪੋਜੀਸ਼ਨ ਚ ਪਰ ਜੋ ਇੱਥੇ ਗਲਤ ਕੰਮ ਹੋ ਰਿਹਾ ਅਸੀਂ ਉਹਦੇ ਖਿਲਾਫ ਪੂਰੀ ਆਵਾਜ਼ ਬੁਲੰਦ ਕਰਾਂਗੇ ਔਰ ਇਹ ਇਨਸ਼ੋਰ ਕਰਾਂਗੇ ਕਿ ਇਸ ਇਲਾਕੇ ਦਾ ਜਿਹੜਾ ਪੈਸਾ ਇੱਕ ਇੱਕ ਪੈਸਾ ਜਿਹੜਾ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਆਉਂਦਾ ਉਹ ਸਹੀ ਤਰੀਕੇ ਨਾਲ ਲੱਗੇ ਔਰ ਇਸ ਇਲਾਕੇ ਦੇ ਨਿਵਾਸੀਆਂ ਨੂੰ ਇੱਥੇ ਰਹਿਣ ਦਾ ਜਿਹੜਾ ਵਾ ਉਹਨਾਂ ਨੂੰ ਇਸ ਚੀਜ਼ ਦਾ ਕੰਫਰਟ ਮਹਿਸੂਸ ਹੋਵੇ ਕਿ ਅਸੀਂ ਇਤਿਹਾਸਿਕ ਸ਼ਹਿਰ ਦੇ ਵਿੱਚ ਚੰਗੇ ਸ਼ਹਿਰ 'ਚ ਰਹਿਣ ਵਾਲੇ ਪਾਸੇ